ਪਿਛਲੇ ਦਿਨੀ ਆਈ ਤੇਜ਼ ਹਾਨੀਰੀ ਅਤੇ ਝੱਖੜ ਦੇ ਕਾਰਨ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਫਾਈਬਰ ਦੇ ਬਣੇ ਗੁਬੰਦ ਡਿੱਗ ਗਏ ਸਨ। ਹੁਣ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਯਤਨ ਸਦਕਾ ਮਹਿਜ਼ 12 ਘੰਟਿਆਂ ਦੇ ਵਿੱਚ ਹੀ ਇਹ ਗੁਬੰਦ ਮੁੜ ਸਥਾਪਿਤ ਕਰ ਦਿੱਤੇ ਗਏ ਨੇ। ਇਸ ਦੀ ਜਾਣਕਾਰੀ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਮੈਂਬਰ ਨੇ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੈਰੀ ਸਾਧ ਸੰਗਤ ਜੀ ਦਾਸ ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਗੁਰੂ ਪੈਰੀ ਸਾਧ ਸੰਗਤ ਜੀ ਕੱਲ ਤੋਂ ਸੋਸ਼ਲ ਮੀਡੀਆ ਦੇ ਵਿੱਚ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ ਜਿਸ ਤੇ ਕਰਕੇ ਪੂਰੀ ਦੁਨੀਆ ਦੇ ਸਿੱਖਾਂ ਦੇ ਦਿਲਾਂ ਨੂੰ ਥੇਸ ਪਹੁੰਚੀ ਹੈ ਗੁਰੂ ਪੈਰੀ ਸਾਧ ਸੰਗਤ ਜੀ ਪਰਸੋਂ ਕਰਤਾਰਪੁਰ ਸਾਹਿਬ ਦੀ ਪਵਿੱਤਰ ਤਰਤੀ ਤੇ ਤੂਫਾਨ ਤੇ ਬਾਰਸ਼ ਆਈ ਜਿਸ ਕਰਕੇ ਦਰਬਾਰ ਸਾਹਿਬ ਦੀਆਂ ਕੁਝ ਛੋਟੀਆਂ ਮਮਟੀਆਂ ਜੋ ਕਿ ਫਾਈਬਰ ਦੀਆਂ ਬਣੀਆਂ ਸਨ ਉਹ ਆਪਣੇ ਸਟ੍ਰਕਚਰ ਤੋਂ ਅਲੱਗਾ ਹੋ ਗਏ ਸਨ ਔਰ ਸਿਰਫ 12 ਘੰਟਿਆਂ ਦੇ ਵਿੱਚ ਗਵਰਨਮੈਂਟ ਆਫ ਪਾਕਿਸਤਾਨ ਨੇ ਵਕਫਾ ਬੋਰਡ ਨੇ ਔਰ ਜੋ ਕਰਤਾਰਪੁਰ ਸਬ ਗਲੋਬਲ ਗਲੋਬਲ ਕਮੇਟੀ ਹੈ ਉਹਨਾਂ ਨੇ ਇੰਨੇ ਸ਼ਾਰਟ ਟਾਈਮ ਦੇ ਵਿੱਚ ਉਹ ਗੁੰਮਦੀਆਂ ਦੁਬਾਰਾ ਫਿਟ ਕਰ ਦਿੱਤੀਆਂ ਉਹ ਤੁਸੀਂ ਦਰਸ਼ਨ ਕਰ ਸਕਦੇ ਹੋ ਇੱਥੇ ਮੈਂ ਨਾਲ ਨਾਲ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਦੱਸਦਾ ਜਾਵਾਂ ਕਿ ਜੋ ਗਵਰਨਮੈਂਟ ਆਫ ਪਾਕਿਸਤਾਨ ਨੇ ਵਾਦਾ ਕੀਤਾ ਸੀ ਕਿ ਕਰਤਾਰਪੁਰ ਸਬ ਕੋਰੀਡੋਰ 9 ਨਵੰਬਰ 2019 ਨੂੰ ਪੂਰੀ ਦੁਨੀਆ ਦੇ ਪੂਰੀ ਦੁਨੀਆ ਦੇ ਸਿੱਖ ਕੌਮ ਨੂੰ ਗੁਰਨਾਨ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਗਿਫਟ ਕੀਤਾ ਜਾਏਗਾ ਤਾਂ ਗੁਰੂ ਪਿਆਰੇ ਸਾਧ ਸੰਗਤ ਜੀ ਜਿਵੇਂ ਆਪ ਜੀ ਜਾਣਦੇ ਹੋ ਔਰ ਬੇਅੰਤ ਸੰਗਤਾ ਕੋਰੀਡੋਰ ਖੁੱਲਣ ਤੋਂ ਬਾਅਦ ਕਰਤਾਰਪੁਰ ਸਾਬ ਦੇ ਪੁੱਤਰ ਸਥਾਨਾਂ ਦੇ ਦਰਸ਼ਨ ਵੀ ਕਰਕੇ ਗਏ ਹਨ ਕੇਵਲ ਤੇ ਕੇਵਲ 9-10 ਮਹੀਨੇ ਦੇ ਵਿੱਚ ਜੋ ਸਾਡੀ ਸਰਕਾਰ ਨੇ ਇੱਥੇ ਸਾਡੇ ਸਿੱਖਾਂ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਿਆ ਔਰ ਉਹੀ ਕਰਤਾਰਪੁਰ ਸਾਬ ਜਿਹੜਾ 1 ਸਾਲ ਪਹਿਲੇ 4 ਏਕੜ ਦੇ ਵਿੱਚ ਸੀ ਅੱਜ ਉਹ 800 ਏਕੜ ਦੇ ਵਿੱਚ ਉਹਦੀ ਉਸਾਰੀ ਹੋਈ ਹੈ 800 ਏਕੜ ਦੇ ਵਿੱਚ ਬਿਲਡਿੰਗਾਂ ਬਣੀਆਂ ਹਨ ਜਿਵੇਂ ਆਪ ਜੀ ਜਾਣਦੇ ਹੋ ਕਿ 8 ਮਹੀਨੇ ਦੇ ਵਿੱਚ ਇਤਨੀ ਬਿਲਡਿੰਗ ਦਾ ਸਟ੍ਰਕਚਰ ਨਹੀਂ ਸੀ ਜਿਨੇ ਉੱਪਰ ਗੁੰਬਦ ਹਨ ਜਿਤਨੇ ਡੋਮ ਹਨ ਕਰਤਾਰਪੁਰ ਸਾਹਿਬ ਦੀ ਸੁੰਦਰਤਾ ਨੂੰ ਦੇਖਦੇ ਹੋਏ ਪਰ ਕਰਤਾਰਪੁਰ ਸਾਹਿਬ ਦੀ ਪੁਰਾਣੀ ਬਿਲਡਿੰਗ ਨੂੰ ਪ੍ਰਾਤਨ ਬਿਲਡਿੰਗ ਨੂੰ ਦੇਖਦੇ ਹੋਇਆ ਔਰ ਸਾਰੇ ਗੁੰਬਦ ਤਾਂ ਉਸ ਟਾਈਮ ਉੱਤ ਮਿਹਨਤ ਦੇ ਵਿੱਚ سیمੰਟਡ ਨਹੀਂ ਬਣ ਸਕਦੇ ਸਨ ਜੋ سیمੰਟਡ ਬਣ ਸਕਦੇ ਸਨ سیمੰਟਡ ਬਣ ਗਏ ਬਾਕੀ ਇਫਤਤਾਹ ਵਾਸਤੇ ਉਦਗਾਟਨ ਵਾਸਤੇ ਕੁਝ ਫਾਈਬਰ ਦੇ ਗੁੰਬਦ ਬਣੇ ਸਨ ਜੋ ਉਸ ਦਿਨ ਦੇ ਰੀਜਨਲ ਟਿਕੇ ਹਨ ਲੇਕਿਨ ਕਿਉਂਕਿ ਇੱਥੇ ਦੁਬਾਰਾ ਸੇਵਾ ਸ਼ੁਰੂ ਹੋਈ ਹੈ ਜੋ ਫਾਈਬਰ ਦੇ ਗੁੰਬਦ ਹਨ ਉਹ ਵੀ ਸਾਰੇ سیمੰਟਡ ਹੋ ਜਾਣਗੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਕਾਹ ਤੁਸੀਂ ਉਹਨਾਂ ਦਾ ਲਾਈਵ ਦਰਸ਼ਨ ਕਰ ਸਕਦੇ ਹੋ ਕਿ ਜਿਹੜੇ ਗੁੰਬਦ ਆਪਣੀ ਜਗ੍ਹਾ ਤੋਂ ਹਿੱਲੇ ਸਨ ਉਹ ਦੁਬਾਰਾ ਆਪਣੀ ਜਗ੍ਹਾ ਤੇ ਫਿਟ ਕਰ ਦਿੱਤੇ ਹਨ ਦਾਸ 인ਦਰਜੀਤ ਸਿੰਘ ਮੈਂਬਰ ਪਾਕਿਸਤਾਨ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਆਪ ਜੀ ਨੂੰ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਗੁਰੂ ਦੀ ਫਤਿਹ ਦੀ ਸਾਂਝ ਕਰਦਾ ਹੈ ਪੈਰੀ ਸਾਧ ਸੰਗਤ ਜੀ ਪਿਛਲੇ ਦਿਨੀ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ ਨੇਰੀ ਤੇ ਚਖੜ ਚੱਲਿਆ ਜਿਸ ਦੀ ਵਜ੍ਹਾ ਤੋਂ ਕਰਤਾਰਪੁਰ ਸਾਹਿਬ ਦਾ ਜਿਹੜਾ ਨਵੀਂ ਬਿਲਡਿੰਗ ਦੀ ਉਸਾਰੀ ਹੋਈ ਹੈ ਉਹਦੀਆਂ ਕੁਝ ਗੁੰਦੀਆਂ ਆਪਣੀ ਜਗ੍ਹਾ ਤੋਂ ਹਿਲ ਗਈਆਂ ਸਨ ਤੇ ਉਹ ਬਹੁਤ ਘੱਟ ਸਮੇਂ ਦੇ ਵਿੱਚ ਪਾਕਿਸਤਾਨ ਸਰਕਾਰ ਔਰ ਪਾਕਿਸਤਾਨ ਦੇ ادارےਾਂ ਨੇ ਬਹੁਤ ਘੱਟ ਸਮੇਂ ਦੇ ਅੰਦਰ ਅੰਦਰ ਉਸ ਨੂੰ ਦੁਬਾਰਾ ਲਗਾ ਦਿੱਤਾ ਗਿਆ ਔਰ ਗੁੰਦੀਆਂ ਦੁਬਾਰਾ ਆਪਣੀ ਜਗ੍ਹਾ ਤੇ ਫਿੱਟ ਹੋ ਗਈਆਂ ਨੇ ਅਸੀਂ ਇਸੇ ਇਸ ਟਾਈਮ ਪਾਕਿਸਤਾਨ ਸਰਕਾਰ ਔਰ ਪਾਕਿਸਤਾਨ ਸਰਕਾਰ ਦੇ तमाम ਅਦਾਰਿਆਂ ਦੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਬਹੁਤ ਧੰਨਵਾਦ ਕਰਦੇ ਹਾਂ ਜਿਦੇ ਵਿੱਚ ਮਹਿਕਮਾ ਔਕਾਫ ਹੈ ਗਲੋਬਲ ਨੋਬਲ ਹੈ ਔਰ ਪਾਕਿਸਤਾਨ ਦੇ ਬਾਕੀ ادارے ਹਨ ਜਿਨ੍ਹਾਂ ਨੇ ਬਹੁਤ ਘੱਟ ਸਮੇਂ ਦੇ ਅੰਦਰ ਇਸ ਗੁਰਦੁਆਰਾ ਸਾਹਿਬ ਦੀ ਉਹ ਗੁੰਮਦਾਂ ਦੀ ਦੁਬਾਰਾ ਉਹ ਸਾਰੀ ਕਰਕੇ ਦੁਬਾਰਾ ਉਹਨੂੰ ਫਿਟ ਕਰਕੇ तमाम ਸਿੱਖ ਸੰਗਤਾਂ ਦੀ ਭਾਵਨਾਵਾਂ ਨੂੰ ਸਾਹਮਣੇ ਰੱਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਕਰ ਹੋ ਗਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਬੰਦ ਡਿੱਗਣ ਨਾਲ ਸਿੱਖ ਸੰਗਤ ਦੇ ਮਨ ਨੂੰ ਠੇਸ ਪਹੁੰਚੀ ਸੀ ਪਰ ਹੁਣ ਦੁਬਾਰਾ ਗੁਬੰਦ ਲੱਗਣ ਨਾਲ ਸਿੱਖ ਸੰਗਤ ਦੇ ਮਨ ਨੂੰ ਤਸੱਲੀ ਹੋਈ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਲਦੀ ਫਾਈਬਰ ਦੇ ਗੁਬੰਦਾਂ ਦੇ ਸਥਾਨ ਤੇ ਸੀਮਿੰਟ ਦੇ ਗੁਬੰਦ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ